ਇਦੋਂ ਵਰਲਡ ਕੱਪ ਦੀ ਚਰਚਾ ਹੋਣੀ ਸੀ ਕਿ ਭਈ ਵਰਲਡ ਕੱਪ ਆ ਗਿਆ ਪਰ ਮੋਹਾਲੀ ਦਾ ਤਾਂ ਕਨੇ ਪੱਤਾ ਹੀ ਕੱਟਿਆ ਗਿਆ ਜੀ ਅੱਜ ਦੇਖੋ ਇੱਕ ਕਹ ਲਓ ਕਿ ਸਪੋਰਟਸ ਐਡੀਸ਼ਨ ਦੀ ਜੀ ਰਿਪੋਰਟ ਹੈ ਜੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ODI ਵਰਲਡ ਕੱਪ 2023 ਦੀਆਂ ਤਰੀਖਾਂ ਸਾਹਮਣੇ ਆ ਗਈਆਂ ਜੀ ਤੇ ਹਾਲਾਂਕਿ ਵਿਸਥਾਰਤ ਜਾਂ ਅਫੀਸ਼ੀਅਲ ਅਧਿਕਾਰਤ ਜਿਹੜਾ ਇਹਨਾਂ ਦਾ ਆਉਂਦਾ ਹੁੰਦਾ ਸ਼ਡਿਊਲ ICC ਵੱਨੀਓ BCCI ਵੱਨੀਓ ਉਹ ਤੇ ਮੈਂ ਨਹੀਂ ਦੇਖਿਆ ਮੈਂ ਮੈਂ ਕਮਾ ਕਿਉਂਕਿ ਲਾਸਟ ਤਾਂ ਉਹੀ ਹੁੰਦਾ ਹੈ ਨਾ ਜੀ ਆਈਸੀਸੀ ਦਾ ਜਾਂ ਬੀਸੀਸੀਆਈ ਦਾ ਵੈਸੇ ਇਹ ਜਿਹੜਾ ਹੁੰਦਾ ਨਾ ਇਹ ਆਈਸੀਸੀ ਵਰਲਡ ਕੱਪ ਹੁੰਦਾ ਹੈ ਜੀ ਇਹ ਆਈਸੀਸੀ ਦਾ ਆਯੋਜਨ ਹੈ ਜੀ ਵਰਲਡ ਕੱਪ ਬੇਸਿਕਲੀ ਜੀ ਤਾਂ ਆਈਸੀਸੀ ਹੀ ਇਹਦਾ ਉਹ ਕਰੇਗੀ ਸ਼ਡਿਊਲ ਜਾਰੀ ਪਰ ਉਹ ਸ਼ਡਿਊਲ ਦੇ ਵਿੱਚ ਕਿਉਂਕਿ ਭਾਰਤ ਮੇਜ਼ਬਾਨ ਹੈ ਤਾਂ ਇਹ ਸਾਰਾ ਕੁਝ ਇਹਨਾਂ ਦੀ ਸਹਿਮਤੀ ਨਾਲ ਹੋਏਗਾ ਜੀ ਵੈਨਿਊ ਵਗੈਰਾ ਸਾਰਾ ਕੁਝ ਇਹਨਾਂ ਦੀ ਸਹਿਮਤੀ ਵੈਸੇ ਵੀ ਆਈਸੀਸੀ ਛੋਟੀ ਇੱਕ ਦਰਾਂ ਨਾਲ ਹੋ ਜਾਂਦੀ ਹੈ ਤਾਕਤ ਚ ਵੱਡੀ ਬੀਸੀਸੀਆਈ ਹੋ ਜਾਂਦੀ ਹੈ ਜੀ ਪਰ ਜਿਹੜੇ ਵੈਨਿਊ ਆ ਰਹੇ ਨੇ ਸਾਡੇ ਸਾਹਮਣੇ ਇਹ 12 ਨੇ ਟੋਟਲ ਦਰਜਨ ਪਰ ਜੀ ਅਹਮਦਾਬਾਦ ਬੰਗਲੌਰ ਚਨਈ ਦਿੱਲੀ ਧਰਮਸ਼ਾਲਾ ਗੁਹਾਟੀ ਹਾਈਦਰਾਬਾਦ ਕੋਲਕਾਤਾ ਲਖਨਊ ਇੰਦੋਰ ਰਾਜਕੋਟ ਅਤੇ ਮੁੰਬਈ ਜੀ ਇਹਨਾਂ ਦੇ ਮੁਤਾਬਕ ਕਿ ਵਰਲਡ ਕੱਪ ਸ਼ੁਰੂ ਹੋਏਗਾ 5 ਅਕਤੂਬਰ ਨੂੰ 2023 ਇਸੋ 2023 ਜੀ ਯਾਨੀ ਹੁਣ ਤੋਂ 6 ਮਹੀਨੇ ਬਾਅਦ ਜੀ ਕੋਈ ਸਮਾਂ ਜ਼ਿਆਦਾ ਨਹੀਂ ਦਵਲਡ ਕੱਪ ਆਯੋਜਨ ਹੋ ਸਕਤੇ ਤੇ ਇਹਦਾ ਫਾਈਨਲ ਜਿਹੜਾ ਹੈ 19 ਨਵੰਬਰ ਨੂੰ ਅਹਮਦਾਬਾਦ ਚ ਨਰਿੰਦਰ ਮੋਦੀ ਸਟੇਡੀਅਮ ਚ ਖੇਡਿਆ ਜਾਏਗਾ ਗੁਜਰਾਤ ਚ ਜੀ ਬਿਲਕੁਲ ਜੀ ਹੁਣ ਤੁਸੀਂ ਦੇਖ ਲਓ ਕਰਨਾਟਕ ਚ ਵੀ ਇਹਨਾਂ ਦੀ ਸਰਕਾਰ ਜੀ ਗੁਜਰਾਤ ਚ ਵੀ ਇਹਨਾਂ ਦੀ ਸਰਕਾਰ ਦਿੱਲੀ ਚ ਵੀ ਅਧ ਪਛਦੀ ਕੇਂਦਰ हिमाचल ਦੇ ਵਿੱਚ ਕਾਂਗਰਸ ਆ ਗਈ ਗੁਹਾਟੀ ਚ ਵੀ ਇਹ ਆ ਗਿਆ ਫਿਰ ਜੇ ਤੁਸੀਂ ਦੇਖੋਗੇ ਯੂਪ ਚ ਇਹ ਆ ਗਿਆ ਐਮਪੀ ਚ ਇਹ ਆ ਗਿਆ ਰਾਜਕੋਟ ਫੇਰੇ ਆ ਗਿਆ ਮੁੰਬਈ ਫੇਰੇ ਆ ਗਿਆ ਮਤਲਬ ਸਿੱਧਾ ਸਾਫ਼ ਸਪਸ਼ਟ ਸੰਕੇਤ ਹੈ ਕਿ ਮੋਹਾਲੀ ਜਿਹਦੇ ਬਗੈਰ ਵਰਲਡ ਕੱਪ ਦਾ ਤਸਵਰ ਹੀ ਨਹੀਂ ਕੀਤਾ ਜਾ ਸਕਦਾ ਜੀ ਯਾਦ ਹੈ ਤੁਹਾਨੂੰ ਭਾਰਤ ਪਾਕਿਸਤਾਨ ਦਾ ਸ਼ਹਿਰ ਇੱਥੇ ਪਿਛਲੇ ਵਰਲਡ ਕੱਪ ਚ ਮੈਚ ਖੇਡੇਗਾ ਸੀ ਸੈਮੀ ਖੇਡਿਆ ਗਿਆ ਸੀ ਸ਼ਾਇਦ ਜੀ ਜਿਹੜਾ ਸੈਮੀ ਇੱਥੇ ਜਦੋਂ ਭਾਰਤ ਚ ਲਾਸਟ ਵਾਰੀ ਹੋਇਆ ਜੀ ਜਿਹੜਾ ਇਹਨਾਂ ਨੇ ਜਿੱਤਿਆ ਤੇ ਫਿਰ ਫਾਈਨਲ ਗਾਂ ਖੇਡਿਆ ਸੀ ਸ਼੍ਰੀਲੰਕਾ ਨਾਲ ਜਿਹੜਾ ਮਹਿੰਦਰ ਥੋਨੀ ਨੇ ਛੱਕਾ ਮਾਰ ਕੇ ਜਿੱਤਿਆ ਸੀ ਜੀ ਯੁਵਰਾਜ ਜਿਹਦੇ ਚ ਬਿਮਾਰ ਹੋਣ ਦੇ ਬਾਵਜੂਦ ਖੇਡਿਆ ਸੀ ਮੈਂ ਉਹਦੀ ਗੱਲ ਕਰਦਾ ਜੀ ਕਿ ਵਰਲਡ ਕੱਪ ਇੰਡੀਆ ਚ ਹੋਵੇ ਮੋਹਾਲੀ ਦਾ ਸਟੇਡੀਅਮ ਪੀਸੀਏ ਸਟੇਡੀਅਮ ਹੁਣ ਤੇ ਚਲੋ ਇਹਨਾਂ ਨੇ ਇਹ ਬਣਾ ਲਿਆ ਅੰદાવાદ ਵਾਲਾ ਨਰਿੰਦਰ ਮੋਦੀ ਸਟੇਡੀਅਮ ਬਹੁਤ ਤਗੜਾ ਸਟੇਡੀਅਮ ਹੈ ਪਰ ਪੀਸੀਏ ਜਿਹੜਾ ਹੈ ਉਹ ਵਰਲਡ ਦੇ ਵਧੀਆ ਸਟੇਡੀਅਮਸ ਚ ਇੱਕ ਹੈ ਜੀ ਤੇ ਇੱਥੇ ਹਰ ਇੱਕ ਫੈਸਿਲਿਟੀ ਹੈ ਕਦੇ ਵੀ ਇੱਥੇ ਕੋਈ ਹਿੰਸਾ ਨਹੀਂ ਹੋਈ ਮੈਚ ਦੇ ਦੌਰਾਨ ਸਾਰਾ ਕੁਝ ਹੈ ਓਕੇ ਯਾਰ ਪਰ ਪੰਜਾਬ ਨੂੰ ਉਹਨਾਂ ਨੇ ਛੱਡ ਦਿੱਤਾ ਕੱਟ ਦਿੱਤਾ ਹੈ ਬਿਲਕੁਲ ਇਸ ਆਯੋਜਨ ਚ ਤੇ ਨਾ ਹੀ ਕਦੇ ਦਰਸ਼ਕਾਂ ਮੰਨੀਓ ਕੋਈ ਕਮੀ ਰਹੀ ਹੈ ਬਿਲਕੁਲ ਜੀ ਸਾਡੇ ਤਾਂ ਹਾਊਸ ਫੁੱਲ ਹੁੰਦਾ ਹੈ ਜਦੋਂ ਵੀ ਮੈਚ ਹੋਵੇ ਜੀ ਬਿਲਕੁਲ ਕੋਈ ਵੀ ਮੈਚ ਹੋਵੇ ਆਡੀਅנס ਦੀ ਵੀ ਕੋਈ ਘਾਟ ਨਹੀਂ ਕਿਸੇ ਪੱਖੋਂ ਵੀ ਕੁਝ ਨਹੀਂ ਹੈ ਜੀ ਕਿਉਂਕਿ ਜੇ ਤੁਸੀਂ ਸਿਕਿਉਰਿਟੀ ਦਾ ਲੋਂਗੇ ਕਿ ਭਾਈ ਪੰਜਾਬ ਦਾ ਜਿਹੜਾ ਮਾਹੌਲ ਬਣ ਰਿਹਾ ਹੈ ਕਿ ਸਿਕਿਉਰਿਟੀ ਪੱਖ ਤੋਂ ਸ਼ਾਇਦ ਤਾਂ ਮੁਹਾਲੀ ਚ ਆਈਪੀਐਲ ਦਾ ਮੈਚ ਆਏਗਾ IPL ਦਾ ਹੁਣ ਪਤਾ ਨਹੀਂ ਮੈਨੂੰ ਕਿ ਇੱਕ ਮੈਚ ਹੈ ਜਾਂ ਵਦੇਰੇ ਮੈਚ ਨੇ ਪਰ ਸ਼ਡਿਊਲ ਦੇ ਮੁਤਾਬਕ ਹੈ ਜੀ ਉਹ ਤੁਸੀਂ ਕੱਢ ਕੇ ਦੇਖ ਲੈਣਾ ਕਿ ਸਿਕਿਉਰਟੀ ਦੇ لحاظ ਨਾਲ ਜੇ ਦੇਖੋਗੇ ਤਾਂ ਉਹ ਤਾਂ ਸਾਰਾ ਕੁਝ ਇੱਥੇ ਪਹਿਲਾਂ ਹੀ ਹੋ ਜਾਣਾ ਜੀ ਠੀਕ ਹੈ ਕੌਮੀ ਇਨਸਾਫ ਮੋਰਚਾ ਲਗਾਵਾ ਹੈ ਪਰ ਮੈਨੂੰ ਨਹੀਂ ਲੱਗਦਾ ਇੰਨੀ ਫੋਰਸ ਲੱਗ ਜਾਂਦੀ ਹੈ ਕਿ ਸਟੇਡੀਅਮ ਦੇ ਨੇੜੇ ਤੇਲੇ ਵੀ ਕਿਸੇ ਨੂੰ ਆਉਣ ਦਿੰਦੇ ਨੇ ਨਹੀਂ ਨਹੀਂ ਮੇਰੇ ਖਿਆਲ ਨਾਲ ਮਿੰਟੂ ਜੀ ਕਿ ਖੇਡ ਜਰ ਕੋਈ ਇਸ ਤਰ੍ਹਾਂ ਦਾ ਯੋਜਨਾ ਵੀ ਉੱਥੇ ਨਹੀਂ ਕੋਈ ਨਾਲ ਬਿਲਕੁਲ ਬਿਲਕੁਲ ਉਦੋਂ ਲੋਕ ਵੀ ਇਹ ਚਾਹੁੰਦੇ ਨੇ ਕਿ ਯਾਰ ਲੋਕਾਂ ਦਾ ਮਨੋਰੰਜਨ ਹੋਵੇ ਕੋਈ ਗੱਲ ਜੀ 20 ਹੋਏ ਚਲ ਕਿਸੇ ਨੇ ਹਾਂ ਜੀ 20 ਠੀਕ ਹੈ ਉਹ ਕਾਂਬਰੇਡ ਮਾੜਾ ਮੋਟਾ ਇੱਧਰ ਉੱਧਰ ਆਪ ਦਾ ਘਰ ਆਉਂਦੇ ਨੇ ਜੀ ਤਾਂ ਇਸ ਤਰ੍ਹਾਂ ਚਲੋ ਸੰਕੇਤਕ ਕੋਈ ਉਹ ਵੀ ਜਾਵੇ ਬਾਹਰ ਦੂਰ ਕਿਤੇ ਕੋਈ ਕਿਲੋਮੀਟਰ 2 ਕਿਲੋਮੀਟਰ ਕਿਉਂਕਿ ਇਹਨਾਂ ਦੀ ਉੱਥੇ ਤੁਸੀਂ ਦੇਖਣਾ ਘੇਰਾਬੰਦੀ ਹੋ ਜਾਂਦੀ ਹੈ ਲੇਅਰ ਲੇਅਰਜ਼ ਹੁੰਦੀਆਂ ਨੇ ਕਈ ਸਟੇਡੀਅਮ ਦੇ ਅੰਦਰ ਵੀ ਲੇਅਰਜ਼ ਹੋ ਗਈਆਂ ਬਾਹਰ ਵੀ ਕਿ ਲੇਅਰਜ਼ ਦੂਰ ਲੋਕੀ ਗੱਡੀ ਲਿਆ ਹਾਂ ਉਹਨਾਂ ਨੂੰ ਉੱਥੇ ਰੋਕ ਦਿੱਤਾ ਜਾਂਦਾ ਬਿਲਕੁਲ ਬਿਲਕੁਲ درست ਹੈ ਤਲਾਸ਼ੀ ਲੈ ਕੇ ਤੁਹਾਨੂੰ ਅੰਦਰ ਜਾਣ ਦੇਣਾ ਸੋ ਇਹ ਚੀਜ਼ਾਂ ਹੈਗੀਆਂ ਨੇ ਚਲੋ ਪੋਸਟਰ ਵਗੈਰਾ ਕਿਤੇ ਲੜਾ ਇਹ ਵੀ ਜਾਣਗੇ ਤਾਂ ਕੋਈ ਆਖਰ ਨਹੀਂ ਹੁੰਦੀ ਆਸਟ੍ਰੇਲੀਆ 'ਚ ਵੀ ਹੋ ਜਾਂਦਾ ਇੰਗਲੈਂਡ 'ਚ ਵੀ ਹੋ ਜਾਂਦਾ ਉਹ ਬਿਲਕੁਲ ਤੋਂ ਇਹ ਸਮਝ ਨਹੀਂ ਆ ਰਹੀ ਤੁਸੀਂ ਦੇਖੋ ਨਾ ਕਿ ਅਹਮਦਾਬਾਦ ਦੇ ਵਿੱਚ ਫਾਈਨਲ ਖੇਡਿਆ ਜਾਏਗਾ ਚਲੋ ਇਹਨਾਂ ਨੇ ਪਿਛਲੇ ਦਿਨ ਦਿਖਾ ਵੀ ਦਿੱਤਾ ਟੈਸਟ ਮੈਚ ਕਰਾ ਕੇ ਕਿ ਅਸੀਂ ਤਿਆਰ ਵਰ ਤਿਆਰ ਹਾਂ ਧਰਮਸ਼ਾਲਾ ਵਾਲਾ ਜਿਹੜਾ ਗਰਾਊਂਡ ਹੈ ਇਹਦੇ ਵਿੱਚ ਤੇ ਆ ਪਿੱਛੇ ਜੇ ਇੱਕ ਜਿਹੜੀ ਸੀਰੀਜ਼ ਹੋਈ ਹੈ ਉਹਦਾ ਮੈਚ ਕੈਨਸਲ ਕਰਨਾ ਪਿਆ ਇਹਨਾਂ ਦੀਆਂ ਤਿਆਰੀਆਂ ਖੋਲੋ ਜੀ ਯਾਨੀ ਜਿਹੜੇ ਸਟੇਡੀਅਮ ਦੀ ਹਾਲ ਦੇ ਦਿਨਾਂ ਦੀ ਰਿਪੋਰਟ ਮਾੜੀ ਹੈ ਕਿਉਂਕਿ ਅਨੁਰਾਗ ਠਾਕਰ ਉੱਥੋਂ ਆਉਂਦਾ ਜੀ ਉਹ ਲੈ ਗਿਆ ਮੇਜ਼ਬਾਨੀ ਲੈ ਗਿਆ ਤਾਰ ਮਸ਼ਾਅੱਲਾ ਦਾ ਵੀ ਸਟੇਡੀਅਮ ਮਾੜਾ ਨਹੀਂ ਹੈ ਜੀ ਪਰ ਜੇ ਤਿਆਰੀਆਂ ਦੇ ਪੱਖ ਤੋਂ ਦੇਖੋਗੇ ਓਟੀਸੀ ਦੇ ਬਣਿਆ ਜੜਾ ਹਾਂਜੀ ਹਾਂਜੀ ਤਾਂ ਅੱਗੇ ਵੀ ਕਿਸੇਰਾ ਮਤਲਬ ਕਿ ਇਹਨਾਂ ਨੂੰ ਲੱਗਿਆ ਜੀ ਤਾਂ ਇਹ ਆਪਣੇ ਆਪ ਦੇ ਵਿੱਚ ਕਾਫੀ ਵੱਡੀ ਗੱਲ ਹੈ ਜੀ ਵੈਸੇ ਜਿਹੜੇ ਲੋਕ ਕ੍ਰਿਕਟ ਨੂੰ ਨਹੀਂ ਪਸੰਦ ਕਰਦੇ ਉਹ ਨਾ ਕਰਨ ਪਰੰਤੂ ਗੱਲ ਇਹ ਹੈ ਕਿ ਪੰਜਾਬ ਨੂੰ ਕਿਉਂ ਅਣਗੌਲਾ ਕੀਤਾ ਜਾ ਰਿਹਾ ਹੈ ਇੱਕ ਵੱਡਾ ਸਵਾਲ ਹੈ ਸਾਡਾ ਤੇ ਅਹਮਦਾਬਾਦ ਨੂੰ ਰਾਜਕੋਟ ਨੂੰ ਤਦ ਕਰਕੇ ਪ੍ਰਮੋਟ ਕੀਤਾ ਜਾ ਰਿਹਾ ਹੈ ਮਾਨ ਸਾਹਿਬ ਕਿਉਂ ਵਾਲੇ ਸਮੇਂ 'ਚ ਇਹਨਾਂ ਨੇ ਤੁਸੀਂ ਦੇਖਿਓ 올림픽 ਦੀ ਦਾਵੇਦਾਰੀ ਠੋਕਣੀ ਆ ਗੁਜਰਾਤ ਵਾਸਤੇ ਜੀ ਜੀ ਇਹ ਤਿਆਰੀ ਆ ਬਿਲਕੁਲ ਜੀ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਆਯੋਜਨ ਦਾ ਇਹ ਹੀ ਆਧਾਰ ਹੁੰਦਾ ਹੈ ਕਿ ਭਾਈ ਅਸੀਂ ਦੇਖੋ ਤਿਆਰੀਆਂ ਦੇ ਪੱਖੋਂ ਕੋਈ ਕਮੀ ਨਹੀਂ ਛੱਡਦੇ ਜੇ ਕੋਈ ਵੱਡੇ ਤੋਂ ਵੱਡਾ ਯੋਜਨ ਵੀ ਮਿਲ ਜੇਗਾ ਅਸੀਂ ਉਹਨੂੰ ਡਨ ਕਰ ਲਵਾਂਗੇ ਜੀ ਜੀ ਬਿਲਕੁਲ ਬਿਲਕੁਲ ਕੱਲ ਨੂੰ ਮਿਸਾਲ ਦੇ ਨਿਸ਼ਾਨ ਹੋ ਜਾਂਦੇ ਕਿ ਕਿੰ比亚 ਟੈਂਡ ਕੀਤਾ ਹੋਇਆ ਸਹੀ ਬਣਦਾ ਸੀ ਪੰਜਾਬ ਦੀ ਮੇਜ਼ਤ ਮਤਲਬ ਘਟੋ ਘਟ ਕੇ ਜਦੋਂ ਇੰਡੀਆ ਦੇ ਵਿੱਚ ਮੇਜ਼ਬਾਨੀ ਹੋ ਰਹੀ ਤਾਂ ਪੰਜਾਬ ਦਾ ਹੱਕ ਵੀ ਬੰਦ ਸੀ ਬਿਲਕੁਲ ਮੈਚ ਬਣਦਾ ਸੀ ਘਟੋ ਘਟ ਸੈਮੀ ਮੈਚ ਬਣਦਾ ਸੀ ਸਾਡਾ ਜੀ ਜੀ ਜਿਸ ਤਰ੍ਹਾਂ ਦਾ ਸਾਡਾ ਵਰਲਡ ਕਲਾਸ ਸਟੇਡੀਅਮ ਹੈ ਜੀ ਜਿਸ ਤਰ੍ਹਾਂ ਦੇ ਬਹੁਤ ਮੈਚ ਹੋਏ ਨੇ ਤਾਂ ਪਰ ਸਾਡਾ ਤੁਹਾਨੂੰ ਤੁਹਾਨੂੰ ਪਤਾ ਹੀ ਆ ਕਿ ਪੀਸੀਆ ਦਾ ਰੋਲਾ ਉਹਨੇ ਨਿਬੜਦਾ ਆਪਸ ਵਿੱਚ ਸਾਡੇ ਝਮੇਲੇ ਛਤੀ ਨੇ ਅਸੀਂ ਇੱਧਰ ਕੀ ਕੰਨ ਕਰਨਾ ਸਾਡੀ ਬਹੁਤ ਵੱਡੀ ਪੰਜਾਬੀਆਂ ਦੀ ਕ੍ਰਿਕਟ ਚ ਕਮਾਈ ਜਾਂਦੀ ਹੈ ਆਈਪੀਐਲ ਦੇ ਬਹੁਤ ਮੈਚ ਹੁੰਦੇ ਨੇ ਸਾਡੀ ਖੁਦ ਇੱਕ ਟੀਮ ਹੈ ਕਿੰਗਸ 11 ਪੰਜਾਬ ਜੀ ਤਾਂ ਸਾਡੇ ਕੋਲੋਂ ਬਹੁਤ ਕਮਾਈ ਜਾਂਦੀ ਹੈ ਇਹ ਚੀਜ਼ ਸਮਝੋ ਬਾਹਰ ਹੋਈ ਪਈ ਹੈ ਕਰ ਦੇਖਦੇ ਆਰ ਭਜਨ ਸਿੰਘ ਰਾਜ ਸਭਾ ਦੇ ਮੈਂਬਰ ਨੇ ਹੋ ਸਕਦਾ ਕ੍ਰਿਸ਼ਨ ਕੁਝ ਪਹੁੰਚ ਕਰਨੋ ਜੀ ਜੀ ਕਿਉਂਕਿ ਇਸ ਪੱਖ ਤੋਂ ਤਾਂ ਉਹ ਥੋੜੇ ਜਿਹਾ ਐਕਟਿਵ ਆ ਗਏ ਨੇ ਗੱਲਬਾਤ ਕਰ ਲੈਂਦੇ ਹੁੰਦੇ ਜੀ ਜੀ ਬਿਲਕੁਲ ਬਿਲਕੁਲ